ਦੇ ਅਸੀਂ ਰਾਜੇ ਨਹੀਂ ਆ, ਅਸੀਂ ਪੂਰੇ ਵਿਸ਼ਵ ਦੇ ਰਾਜੇ ਆ। 1,45,000 ਮਰੱਬਾ ਮੀਲ ਖਾਲਸੇ ਨੇ ਰਾਜ ਕੀਤਾ। ਜੇ ਤੁਹਾਡੇ ਵਾਲੀ ਸੋਚ ਹੁੰਦੀ ਨਾ, ਰਣਜੀਤ ਸਿੰਘ ਜੀ ਪਰਮੇਸ਼ਵਰ ਦੁਆਰ ਤੋਂ ਬਾਹਰ ਨਹੀਂ ਸੀ ਨਿਕਲਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਕੁੱਟ ਖਾ ਕੇ ਆ ਘਰ ਦੇ ਵਿੱਚ। ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਵੀ ਕਿਸੇ ਦੇ ਗਾੜੀ ਗੋਡੇ ਟੇਕਦੇ? ਤੂੰ ਤੇ ਤੇਰੀਆਂ ਤੇ ਚੀਕਾਂ ਨਿਕਲੀਆਂ ਕਿਉਂਕਿ ਤੂੰ ਸਰਕਾਰੀ ਤੇਰੇ ਨਾਲ ਜਿੰਨਾ ਚਿਰ 2-3 ਪੁਲਿਸ ਵਾਲੇ ਨਾ ਹੁਣ ਤੂੰ ਬਾਹਰ ਨਹੀਂ ਜਾ ਸਕਦਾ ਕਿਤੇ। ਜਿੱਦਾਂ ਅਸੀਂ ਘੁੰਮਦੇ ਕਦੇ ਤੂੰ ਵੀ ਘੁੰਮ ਕੇ ਵਿਖਾ ਹਾਂ ਜੇ ਪਿਓ ਦਾ ਪੋਤੇ ਆਪਣੇ ਦਾ। ਨਿਹੰਗ ਸਿੰਘ ਨੇ ਉਹਨਾਂ ਨੂੰ ਵੀ ਆਖਾਂਗਾ ਵੀ ਤਿਆਰ ਬਰ ਤਿਆਰ ਹੋਇਓ, ਹੁਣ ਸਮਾਂ ਵਾ, ਹੁਣ ਲੋੜ ਆ ਚੜ੍ਹਦੀ ਕਲਾ ਦੇ ਨਾਲ ਇਹੋ ਜਿਹਿਆਂ ਨੂੰ ਜਵਾਬ ਦੇਣ ਦੀ ਲੋੜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਆਪ ਵੀਰਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ, ਜਿਸ ਵਾਸਤੇ ਲਾਈਵ ਹੋਇਆ, ਕਿਉਂਕਿ ਅੱਜ ਇਹੋ ਜਿਹੇ ਪ੍ਰਚਾਰਕ ਉੱਠੇ ਨੇ ਜਿਹੜੇ ਕਿ ਸਿੱਖ ਪੰਥ ਨੂੰ 2 ਫਾੜ ਕਰਨ ਵਿੱਚ ਲੱਗੇ ਹੋਏ ਨੇ, ਜਿਹੜੇ ਕਿ ਬੱਬਰ ਸ਼ੇਰਾਂ ਦੀ ਬਹਾਦਰਾਂ ਦੀ ਕੌਮ ਨੂੰ ਨਾਸਤਕ ਬਣਾਉਣਾ ਚਾਹੁੰਦੇ ਨੇ, ਜਿਹੜੇ ਕਿ ਸਾਨੂੰ ਗਾਂਧੀ ਵਾਂਗ ਕਹਿੰਦੇ ਨੇ ਵੀ ਇੱਕ ਚਪੇੜ, ਗਾਂਧੀ ਕਹਿੰਦਾ ਸੀ ਨਾ ਕਿ ਜੇ ਇੱਕ ਕੋਈ ਚਪੇੜ ਮਾਰੇ ਉਹਦੇ ਗਾੜੀ ਮੂੰਹ ਕਰਕੇ ਆਖੋ ਵੀ ਦੂਜੇ ਪਾਸੇ ਵੀ ਚਪੇੜ ਮਾਰ। ਇਹੋ ਜਿਹੀ ਸੋਚ ਰੱਖਣ ਵਾਲੇ ਨਾਸਤਕ ਬੰਦੇ, ਮੈਂ ਗੱਲ ਕਰਨ ਲੱਗਾ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ, ਮੈਂ ਸਿੰਘ ਨਹੀਂ ਆਖਾਂਗਾ ਉਹਨੂੰ ਕਿਉਂਕਿ ਸਿੰਘਾਂ ਵਾਲਾ ਉਹਦੇ ਵਿੱਚ ਕੰਮ ਕੋਈ ਨਹੀਂ। ਜੇ ਮੈਂ ਕੋਈ ਵੀਡੀਓ ਬਣਾਉਣਾ ਮੈਂ ਨਾਮ ਲੈਂਦਾ ਪੂਰਾ ਠੋਕ ਕੇ, ਜੇ ਤਾਂ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਰਾਤ ਵੀਡੀਓ ਵਿੱਚ ਬੋਲਿਆ ਸੀ ਕਿ ਇੱਕ ਢਾਡੀ ਬੋਲਦਾ ਪਿਆ ਅਸੀਂ ਵਿਸ਼ਵ ਦੇ ਰਾਜੇ ਹਾਂ, ਅਸੀਂ ਫਲਾਣਾ, ਅਸੀਂ ਢੀਂਗੜੇ, ਅਸੀਂ ਹੈਗੇ ਵਿਸ਼ਵ ਦੇ ਰਾਜੇ, ਅਸੀਂ ਤੇਰੇ ਵਰਗੂ ਇਕੱਲਾ ਪਰਮੇਸ਼ਵਰ ਦੁਆਰ ਦੇ ਅਸੀਂ ਰਾਜੇ ਨਹੀਂ ਆ, ਅਸੀਂ ਪੂਰੇ ਵਿਸ਼ਵ ਦੇ ਰਾਜੇ ਹਾਂ। ਤੇਰੇ ਵਰਗੇ ਛੋਟੀ ਸੋਚ ਦੇ ਮਾਲਕ ਜਿਹੜੇ ਨਾ ਤਾਂ ਕਿਸੇ ਗੁਰੂ ਇਤਿਹਾਸ ਉੱਤੇ ਭਰੋਸਾ ਰੱਖਦੇ, ਨਾ ਗੁਰਬਾਣੀ 'ਤੇ ਭਰੋਸਾ ਰੱਖਦੇ, ਨਾ ਗੁਰਧਾਮਾਂ 'ਤੇ ਭਰੋਸਾ ਰੱਖਦੇ, ਉਹ ਸ਼ਰਮ ਕਰ ਲਾ ਜਾਂ ਤਾਂ ਫਿਰ ਇਹਦਾ ਭਾਈਏ ਆਪਣੇ ਦਾ ਨਾਮ ਪੂਰਾ ਠੋਕ ਕੇ ਲੈਣਾ। ਮਾਨ ਸਿੰਘ ਅਕਾਲੀ ਫੇਸਬੁੱਕ 'ਤੇ ਮੇਰੀ ID ਹੈ, ਅਤੇ ਜਿਨ੍ਹਾਂ ਨੇ ਤੈਨੂੰ ਵੀਡੀਓ ਵਿਖਾਈ ਉਹਨਾਂ ਤੇਰੇ ਚਮਚਿਆਂ ਨੇ ਮੇਰਾ ਨਾਂ ਨਹੀਂ ਦੱਸਿਆ ਤੈਨੂੰ। ਜਿਹਦੇ ਤੂੰ ਆਪਣੇ ਪਿਓ ਦਾ ਪੋਤੇ ਆ, ਜਿਹੜੀਆਂ ਗੱਲਾਂ ਮੈਂ ਤੈਨੂੰ ਕਹਿਣ ਲੱਗਾ, ਇਹ ਸ਼ਾਮ ਨੂੰ ਜਦੋਂ ਰਾਤ ਨੂੰ ਲਾਈਵ ਹੁੰਦਾ ਨਾ ਤੂੰ ਆਪਣੇ ਚੈਨਲ ਦੇ ਉੱਤੇ, ਉਹਨਾਂ ਚੈਨਲ ਉਸ ਚੈਨਲ ਦੇ ਵਿੱਚ ਇਹਨਾਂ ਗੱਲਾਂ ਦਾ ਮੈਨੂੰ ਜਵਾਬ ਜ਼ਰੂਰ ਦੇਵੀ। ਤੂੰ ਮੈਨੂੰ ਇਹ ਦੱਸ ਵੀ ਕਿਹੜੇ ਪਿਓ ਵਾਲਾ ਗ੍ਰੰਥ ਆ ਤੇਰੇ ਕੋਲੋਂ ਜਿਹਦੇ ਵਿੱਚੋਂ ਤੂੰ ਬਹਿ ਕੇ ਪ੍ਰਚਾਰ ਕਰਦਾ, ਕਿਹੜਾ ਗ੍ਰੰਥ ਹੈ ਜਿਹਦੇ ਵਿੱਚੋਂ ਤੂੰ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਕੁੱਟ ਖਾ ਕੇ ਆ ਘਰ ਦੇ ਵਿੱਚ? ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਵੀ ਕਿਸੇ ਦੇ ਗਾੜੀ ਗੋਡੇ ਟੇਕਦੇ? ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਵੀ ਕਿਸੇ ਦੀ ਈਨ ਮੱਲ ਹੈ? ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਵੀ ਕਲਗੀਧਰ ਪਾਤਸ਼ਾਹ ਨੇ ਇਹ ਪੰਥ ਨਿਆਰਾ ਤੇ ਵੱਖਰਾ ਸੰਸਾਰ ਨਾਲੋਂ ਸਾਜਿਆ? ਇਹ ਤੁਸੀਂ ਕਿੰਤੂ ਪਰੰਤੂ ਕਰਨ ਵਿੱਚ ਲੱਗੇ ਹੋ। ਕਲਗੀ ਵਾਲੇ ਪਾਤਸ਼ਾਹ ਨੇ ਵੱਡੀਆਂ ਰਹਿਮਤਾਂ ਕੀਤੀਆਂ, ਪੰਥ ਵੀ ਨਿਆਰਾ ਸਾਜਿਆ, ਔਰ ਆਪਣੇ ਪੁੱਤਰਾਂ ਨੂੰ ਆਖਿਆ ਕਿ ਗੁਲਾਮੀ ਕਿਸੇ ਦੀ ਨਹੀਂ ਪ੍ਰਵਾਨ ਕਰਨੀ। ਇੱਥੋਂ ਤੱਕ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਗੁਲਾਮੀ ਰੱਬ ਦੀ ਵੀ ਮਾੜੀ ਹੈ, ਕਿਸੇ ਬੰਦੇ ਦੀ ਗੁਲਾਮੀ ਕਰਨੀ ਤੇ ਬੜੀ ਦੂਰ ਦੀ ਗੱਲ ਹੈ। ਉਹ ਕਹਿੰਦੇ ਰੱਬ ਦੀ ਗੁਲਾਮੀ ਵੀ ਨਹੀਂ ਕਰਨੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੇ ਉਹ ਖਾਲਸਾ ਪਰਮਾਤਮਾ ਕੀ ਮੌਜ। ਅਕਾਲ ਪੁਰਖ ਮੌਜ ਵਿੱਚ ਆਇਆ ਤੇ ਖਾਲਸਾ ਪ੍ਰਗਟ ਹੋਇਆ, ਤੇ ਤੁਹਾਡੇ ਵਰਗੇ ਸਰਕਾਰੀ ਦੱਲੇ ਜਿਹੜੇ ਪੁਲਿਸ ਲੈ ਕੇ ਨਾਲ ਤੁਰਦੇ ਨਾ, ਉਹਨਾਂ ਦੀਆਂ ਚੀਕਾਂ ਨਿਕਲਣੀਆਂ ਸੀ। ਉਹਨਾਂ ਦੀਆਂ ਚੀਕਾਂ ਇਸ ਕਰਕੇ ਨਿਕਲਦੀਆਂ ਸੀ ਵੀ ਉਹਨਾਂ ਨੇ ਪੰਜਾਬ ਪੁਲਿਸ ਵਾਲਿਆਂ ਦਾ ਹੱਥ ਫੜ ਦਿੱਤਾ। ਪੰਜਾਬ ਪੁਲਿਸ ਵਾਲਿਆਂ ਦੇ ਅਸੀਂ ਕੋਈ, ਸਾਡਾ ਕੋਈ ਜਾਤੀ ਦੁਸ਼ਮਣੀ ਨਹੀਂ ਉਹਨਾਂ ਦੇ ਨਾਲ, ਜਾਂ ਸਾਡਾ ਕੋਈ ਵੈਰ ਵਿਰੋਧ ਹੈ, ਜਾਂ ਅਸੀਂ ਉਹਨਾਂ ਦੇ ਨਾਲ ਕੋਈ ਪੈਲੀ ਦੀ ਵੰਡ ਹੈ। ਅਸੀਂ ਇਸ ਕਰਕੇ ਇਹ ਵੀਡੀਓ ਬਣਾਈ, ਅਸੀਂ ਜਵਾਬ ਦਿੱਤਾ ਸੀ ਕਿ ਜੇ ਇਹ ਗੁਰੂ ਕਾ ਪੰਥ ਜਿਹੜਾ ਇਹ ਅਮਨ ਅਮਾਨ ਸ਼ਾਂਤ ਬੈਠਾ ਤੇ ਇਹਨਾਂ ਨੂੰ ਵਾਰ ਵਾਰ ਤੰਗ ਨਾ ਕਰੋ। ਜੇ ਵਾਰ ਵਾਰ ਤੰਗ ਕਰੋਗੇ ਤੇ ਆਖਿਰਕਾਰ ਜਦੋਂ ਜਦੋਂ ਵੀ ਲੋੜ ਪਈ ਹੈ, ਇਹ ਪੰਥ ਜਿਹੜਾ ਇਹ ਸਿਰਾਂ ਦੇ ਚੜਾਵੇ ਚੜਾਉਣ ਵਾਲਾ, ਜਦੋਂ ਜਦੋਂ ਲੋੜ ਪਈ ਹਜ਼ਾਰਾਂ ਮਰਦਾਂ ਨੇ ਸਿਰ ਦੇ ਚੜਾਵੇ ਚੜਾਏ ਤੇ ਤਾਂ ਜਾ ਕੇ ਇਹ ਪੰਥ ਰਾਜ ਕਰਨ ਲੱਗਾ। 1,45,000 ਮਰੱਬਾ ਮੀਲ ਖਾਲਸੇ ਨੇ ਰਾਜ ਕੀਤਾ। ਜੇ ਤੁਹਾਡੇ ਵਾਲੀ ਸੋਚ ਹੁੰਦੀ ਨਾ, ਰਣਜੀਤ ਸਿੰਘ ਜੀ ਪਰਮੇਸ਼ਵਰ ਦੁਆਰ ਤੋਂ ਬਾਹਰ ਨਹੀਂ ਸੀ ਨਿਕਲਦੇ। ਉਹਨਾਂ ਨੇ ਵੀ ਕਹਿਣਾ ਸੀ ਪੰਜਾਬ ਹੀ ਬੜਾ ਸਾਨੂੰ, ਅਸੀਂ ਹੋਰ ਰਾਜ ਭਾਗ ਤੋਂ ਕੀ ਲੈਣਾ, ਕੋਈ ਸ਼ਰਮ ਕਰ ਲੈ। ਤੂੰ ਤੇ ਤੇਰੀਆਂ ਤੇ ਚੀਕਾਂ ਨਿਕਲਦੀਆਂ ਨਿਕਲੀਆਂ ਕਿਉਂਕਿ ਤੂੰ ਸਰਕਾਰੀ
ਤੇਰੇ ਨਾਲ ਜਿੰਨਾ ਚਿਰ ਦੋ ਤਿੰਨ ਪੁਲਿਸ ਵਾਲੇ ਨਾ ਹੁਣ ਤੂੰ ਬਾਹਰ ਨਹੀਂ ਜਾ ਸਕਦਾ ਕਿਤੇ ਜਿੱਦਾਂ ਅਸੀਂ ਘੁੰਮਦੇ ਕਦੇ ਤੂੰ ਵੀ ਘੁੰਮ ਕੇ ਵਿਖਾ ਹਾਂ ਜੇ ਪਿਓ ਦਾ ਪੋਤਿਆ ਆਪਣੇ ਦਾ ਤੇਰੇ ਨਾਲ 50-60 ਜਿੰਨਾ ਚਿਰ ਬੰਦੇ ਨਹੀਂ ਹੁੰਦੇ ਤੂੰ ਸਿਕਿਉਰਿਟੀ ਗਾਰਡ ਨਾ ਹੋਣ ਤੇਰੀ ਤੂੰ ਖਾਲਸੇ ਨਾਲ ਗੱਲਾਂ ਕਰਦਾ ਖਾਲਸੇ ਦੇ ਕਿੰਤੂ ਪਰੰਤੂ ਕਰਦਾ ਤੇਰੀ ਔਕਾਤ ਨਹੀਂ ਕਿ ਤੂੰ ਸਾਡਾ ਮੁਕਾਬਲਾ ਕਰ ਸਕੇ ਤੂੰ ਦੁਰਲੂ ਕੁਰਲੂ ਲਿੱਚੜ ਪਿੱਚਣੀ ਆ ਤੂੰ ਖਾਲਸੇ ਦਾ ਮੁਕਾਬਲਾ ਨਹੀਂ ਕਰ ਸਕਦਾ ਖਾਲਸਾ ਖੁਦ ਖੁਦਾ ਤੂੰ ਕਹਿੰਦਾ ਨਾ ਵੀ ਇਹ ਭੰਗ ਪੀਂਦੇ ਆ ਉਹ ਖਾਂਦੇ ਲਾਇਸੈਂਸ ਬਣ ਜਾਂਦੇ ਵੀ ਤੂੰ ਕਾਹਦੇ ਵਾਸਤੇ ਆ ਚੋਲਾ ਪਾਈ ਫਿਰਦਾ ਲਾਹ ਦੇ ਫਿਰ ਤੂੰ ਵੀ ਲਾਹ ਦੇ ਆ ਗਾਤਰਾ ਕਾਹਦੇ ਵਾਸਤੇ ਪਾਇਆ ਤੂੰ ਤੂੰ ਪੈਂਟਾਂ ਸ਼ਰਟਾਂ ਪਾ ਤੂੰ ਤੇ ਪੈਂਟਾਂ ਵਾਲਿਆਂ ਨੂੰ ਪ੍ਰਮੋਟ ਕਰਦਾ ਪਿਆ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਨਾਸਤਕ ਬਣਾ ਰਿਹਾ ਕਿ ਲੋਕ ਗੁਰਬਾਣੀ ਤੋਂ ਵੀ ਟੁੱਟ ਜਾਣ ਆ ਜਿਹੜਾ ਬਾਣਾ ਪਾਉਂਦੇ ਇਹਦੇ ਤੋਂ ਵੀ ਦੂਰ ਚਲੇ ਜਾਣ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਤੈਨੂੰ ਦੁਨੀਆ ਮਰਦੀ ਪਈ ਕਰੋਨੇ ਦੇ ਨਾਲ ਉਹ ਜਿਹੜੇ ਕੋਈ ਚੰਗਾ ਕੰਮ ਕਰਦੇ ਜੇ ਭੱਜ ਜਾਂਦਾ ਫਿਰ ਤੇਰੇ ਵਰਗੇ ਨੇ ਇੱਥੋਂ ਵੀਡੀਓ ਬਣਾਉਣੀ ਸੀ ਆਹ ਵੇਖ ਲਓ ਪੰਥ ਜਿਹੜਾ ਡਲੇ ਖਾਂਦਾ ਸੀ ਜਿਹੜਾ ਦੇਗਾਂ ਛਕਦਾ ਸੀ ਅੱਜ ਭੀੜ ਬਣੀ ਤੇ ਭਾਈਦਿਆਂ ਨੂੰ ਰਾਹ ਕੋਈ ਨਹੀਂ ਲੱਭਾ ਇਹਨਾਂ ਨੂੰ ਕਿੱਥੇ ਗਈਆਂ ਇਹਨਾਂ ਦੀਆਂ ਤੇਗਾਂ ਕਿੱਥੇ ਗਈਆਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ 1.25 ਲੱਖ ਨਾਲ ਲੜਨਗੇ ਇਹ ਤੁਹਾਡੀ ਜ਼ਬਾਨ ਤੋਂ ਇਹ ਗੱਲਾਂ ਹੋਣੀਆਂ ਸੀ ਪਰ ਮੈਂ ਕਹਿੰਦਾ ਬਲਹਾਰ ਹੈ ਅੱਜ ਬਾਬਾ ਬਲਵਿੰਦਰ ਸਿੰਘ ਜੋ ਕਿ ਖਿਚੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਮਹੰਤ ਜਿਨ੍ਹਾਂ ਨੂੰ ਚਲੋ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਬੱਬਰ ਸ਼ੇਰਾਂ ਨੂੰ ਪਿੰਜਰੇ ਵਿੱਚ ਰੱਖਿਆ ਜਾਂਦਾ ਕੁੱਤਿਆਂ ਬਿੱਲਿਆਂ ਨੂੰ ਕੋਈ ਨਹੀਂ ਪੁੱਛਦਾ ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ ਬੰਦ ਜੇਲ੍ਹਾਂ ਵਿੱਚ ਬੱਬਰ ਸ਼ੇਰ ਹੁੰਦੇ ਇਹ ਵੀ ਤੈਨੂੰ ਨਾਲ ਦੀ ਨਾਲ ਦੱਸਦਾ ਜਾਵਾਂ ਕਿਉਂਕਿ ਜਦੋਂ ਬਹਾਸ ਤੇ ਕੁਰਬਾਨੀ ਦੇਣ ਵਾਸਤੇ ਤੁਰਦੇ ਨੇ ਸਿਰਾਂ ਦੇ ਚੜਾਵੇ ਚੜ੍ਹਦੇ ਨੇ ਤੇ ਜਦੋਂ ਇਨਕਲਾਬ ਆਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਆਗਾਜ਼ ਗੁਰੂ ਕਾ ਪੰਥ ਗੁਰੂ ਕਾ ਖਾਲਸਾ ਕਰਦਾ ਰਿਹਾ ਤੇ ਕਰਦਾ ਰਹੇਗਾ ਰਣਜੀਤ ਸਿੰਘ ਢੰਡਰੀਆਂ ਵਾਲਿਆ ਉਹ ਦਿਨ ਦੂਰ ਨਹੀਂ ਅੱਜ ਗੁਰੂ ਕੇ ਪੰਥ ਉੱਤੇ ਵਾਧਾ ਕਰਨ ਵਾਲਿਆਂ ਦਾ ਹੱਥ ਵੱਢ ਕੇ ਗੁਰੂ ਕੇ ਖਾਲਸੇ ਨੇ ਇਹ ਐਲਾਨ ਕੀਤਾ ਵੀ ਜੇ ਉਹ ਸਮਾਂ ਦੂਰ ਨਹੀਂ ਵੀ ਅਸੀਂ ਅਮਨ ਅਮਾਨ ਬੈਠੇ ਬੈਠੇ ਪਰ ਤੇਗਾਂ ਨੂੰ ਹੱਥ ਪਾਵਾਂਗੇ ਇੱਥੇ ਅਬਦਾਲੀ ਵਰਗੇ ਨਾਦਰ ਵਰਗੇ ਕਈ ਚੜ੍ਹ ਕੇ ਆਏ ਗੁਰੂ ਕੇ ਪੰਥ ਨੂੰ ਮੁਕਾਉਣ ਵਾਸਤੇ ਇਹ ਨਹੀਂ ਕਿਸੇ ਤੋਂ ਮੁੱਕਿਆ ਨਾ ਤੇਰਾ ਉਹ ਜਿਹੜਾ ਪਿਓ ਨੇਕੀ ਬੈਠਾ ਨਿਊਜ਼ੀਲੈਂਡ ਦਾ ਉਹ ਮੁਕਾ ਸਕਦਾ ਤੇ ਨਾ ਢੰਡਰੀਆਂ ਵਾਲਿਆ ਤੂੰ ਮੁਕਾ ਸਕਦਾ ਤੂੰ ਤੇਰੀ ਕੋਈ ਔਕਾਤ ਨਹੀਂ ਕਿ ਤੂੰ ਖਾਲਸੇ ਦੀ ਕੋਈ ਗੱਲ ਕਰੇ ਤੂੰ ਕਹਿੰਦਾ ਇਹ ਚੋਲਾ ਪਾ ਕੇ ਤੇ ਇਹ ਭੰਗ ਪੀਂਦੇ ਨੇ ਇਹਨਾਂ ਦੇ ਕੋਲ ਲਾਇਸੈਂਸ ਬਣ ਜਾਂਦਾ ਉਹ ਮਾਮਾ ਗੁਰਦਾ ਚਾਹੀਦਾ ਸੁੱਖਾ ਪੀਂਦੇ ਆਮ ਲੋਕ ਨਿਹੰਗ ਸਿੰਘ ਦੇਖ ਸਕਦੇ ਨੇ ਜਿਹਦੇ ਉੱਤੇ ਬਾਣੀ ਪੜੀ ਜਾਵੇ ਉਹ ਅੰਮ੍ਰਿਤ ਤਿਆਰ ਹੋ ਜਾਂਦਾ ਮੂਰਖਾ ਤੂੰ ਤੇ ਆਪ ਨਿਹੰਗ ਸਿੰਘ ਬਣਨ ਵਾਸਤੇ ਗਿਆ ਸੀ ਪਰ ਤੇਰੀ ਔਕਾਤ ਕੋਈ ਨਹੀਂ ਸੀ ਇਸ ਕਰਕੇ ਤੈਨੂੰ ਨਿਹੰਗ ਸਿੰਘ ਬਾਣਾ ਨਹੀਂ ਮਿਲਿਆ ਅੱਜ ਕਦੀ ਪੱਗ ਬੰਨਦਾ ਕਦੀ ਗੋਲ ਦਮਾਲਾ ਬੰਨਦਾ ਕਿਉਂਕਿ ਤੂੰ ਕਿਸੇ ਵੀ ਭਾਂਡੇ ਦਾ ਨਹੀਂ ਤੇ ਨਾ ਤੂੰ ਕਿਸੇ ਦਾ ਬਣ ਸਕਦਾ ਤੇਰੇ ਅੱਗੂ ਮੈਂ ਪਜਾਮੀ ਨਹੀਂ ਲਪੇੜਦਾ ਇੱਕ ਚ ਗੋਲੀ ਵੱਜੇ ਜਦੋਂ ਮਰਜ਼ੀ ਵੱਜੇ ਜੋ ਕਹਿ ਰਿਹਾ ਉਹਨਾਂ ਬਚਨਾਂ ਤੋਂ ਖਿਸਕ ਜਾਵਾਂ ਪੂਰਾ ਪੰਥ ਜਦੋਂ ਮਰਜ਼ੀ ਇੱਕ ਚ ਗੋਲੀ ਮਾਰੇ ਜਿੱਥੇ ਆ ਕੇ ਚੌਂਕ ਵਿੱਚ ਮਾਰਿਓ ਜੇ ਮੈਂ ਆਪਣੇ ਬਚਨਾਂ ਤੋਂ ਫਿਰਾਂ ਤੇ ਆਹ ਜਿਹੜੇ ਪਜਾਮੀ ਲਬੇੜ ਇਹ ਭੌਂਕਦੇ ਪਏ ਨਾ ਤੇ ਮੈਂ ਸਾਰੇ ਜਿੰਨੇ ਵੀ ਮੇਰੇ ਵੀਰ ਨਿਹੰਗ ਸਿੰਘ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਤੇ ਗੁਰਦਾ ਰੱਖਦੇ ਉਹ ਚੋਲਾ ਪਾਇਓ ਜਿਹਨਾਂ ਨੂੰ ਪਤਾ ਕਿ ਅਸੀਂ ਮਰਨ ਵਾਸਤੇ ਤਿਆਰ ਹਾਂ ਉਹ ਚੋਲਾ ਪਾਓ ਇਹ ਗਿੱਦੜਾਂ ਵਾਸਤੇ ਚੋਲਾ ਨਹੀਂ ਤਿਆਰ ਹੋਇਆ ਇਹ ਭੇਖੀਆਂ ਵਾਸਤੇ ਚੋਲਾ ਨਹੀਂ ਤਿਆਰ ਹੋਇਆ ਜੇ ਤੁਸੀਂ ਵਾਕਿਆ ਕਲਗੀਧਰ ਪਾਤਸ਼ਾਹ ਨੂੰ ਪਿਆਰ ਕਰਦੇ ਹੋ ਮਰਨਾ ਪ੍ਰਵਾਨ ਕਰਦੇ ਹੋ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹੋ ਫਿਰ ਦਬਰੂ ਕਸੂ ਦੁਰਲੂ ਕੁਰਲੂ ਕਿਸੇ ਦੀ ਲੋੜ ਨਹੀਂ ਸਾਨੂੰ ਆਪ ਸੁਤੰਤਰ ਆਪ ਆਜ਼ਾਦੀ ਲਿਆਉਣ ਵਾਸਤੇ ਚੜ੍ਹਦੀ ਕਲਾ ਵਿੱਚ ਰਹਿਣਾ ਪਵੇਗਾ ਖਾਲਸਾ ਜੀ ਇਸ ਕਰਕੇ ਸਾਰਿਆਂ ਵੀਰਾਂ ਨੂੰ ਆਖਾਂਗਾ ਜਿਹੜੇ ਪੰਥ ਦਰਦੀ ਨੇ ਜਿਹੜੇ ਪੰਥ ਨਾਲ ਪਿਆਰ ਕਰਨ ਵਾਲੇ ਨੇ ਜਿਹੜੇ ਕਿਤੇ ਐਵੇਂ ਦੁਰਲੂ ਕੁਰਲੂ ਦੇ ਪੈਰ ਨਹੀਂ ਫੜਦੇ ਉਹ ਮੈਨੂੰ ਜ਼ਰੂਰ ਫੋਨ ਕਰਿਓ ਤੇ ਜਿਹੜੇ ਕੱਚੇ ਪੱਲੇ ਨੇ ਲੱਲੀ ਛੱਲੀ ਨੇ ਉਹ ਭਾਵੇਂ ਨਾ ਕਰਿਓ ਫੋਨ ਕਿਉਂਕਿ ਮੈਂ ਗੱਲ ਕਰਨੀ ਹੈ ਮਰਦਾਂ ਦੀ ਤੇ ਉਹਨਾਂ ਮਰਦਾਂ ਵਾਲਾ ਕੰਮ ਕੀਤਾ ਉਹਨਾਂ ਨੇ ਇਹ ਦੱਸਿਆ ਕਿ ਖਾਲਸਾ ਅੱਜ ਵੀ ਜਿਉਂਦਾ ਹੈ ਤੇ ਜਿਹੜੇ ਲੋਕ ਕਹਿੰਦੇ ਵੀ ਉਹ ਨਕਲੀ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਖਾਲਸਾ ਅਸਲੀ ਉਹ ਹੈ ਜਿਹੜਾ ਮੈਦਾਨੇ ਜੰਗ ਵਿੱਚ ਅੜਦਾ ਹੈ ਜਿਹੜਾ ਕੰਢ ਵਿਖਾ ਕੇ ਭੱਜ ਜਾਵੇ ਕਲਗੀ ਵਾਲੇ ਪਾਤਸ਼ਾਹ ਨੇ ਇਹੋ ਜਿਹੇ ਲੱਲੀ ਛੱਲੀ ਨਹੀਂ ਪੈਦਾ ਕੀਤੇ ਕਲਗੀ ਵਾਲੇ ਪਾਤਸ਼ਾਹ ਨੇ ਉਹ ਪੈਦਾ ਕੀਤੇ ਜਿਹੜੇ ਕਹਿੰਦੇ ਨੇ ਮੋਹੇ ਮਰਨੇ ਕਾ ਚਾਓ ਹੈ ਜਿਹੜੇ ਮਰਨਾ ਪ੍ਰਵਾਨ ਕਰਦੇ ਕਲਗੀਧਰ ਪਾਤਸ਼ਾਹ ਨੇ ਉਹ ਖਾਲਸਾ ਪ੍ਰਗਟ ਕੀਤਾ ਔਰ ਜਿਹੜਾ ਖਾਲਸਾ ਕਹਿੰਦਾ ਜਬ ਸੇ ਹਮਨੇ ਸੁਣਾ ਹੈ ਮਰਨੇ ਮੈਂ ਜ਼ਿੰਦਗੀ ਹੈ ਸਰ ਪਰ ਕਫਨ ਬੰਦ ਕਰ ਕਾਤਲ ਕੋ ਢੂੰਡਤੇ ਹੈ ਉਹ ਢੰਡਰੀਆਂ ਵਾਲਿਆ ਸ਼ਰਮ ਕਰ ਲਾ ਤੂੰ ਬਾਗਾਂ 'ਚ ਬਹਿ ਕੇ ਮਾਮਾ ਚਿਮਟੇ 'ਚ ਵਜਾਉਣਾ ਜਾਂ ਜਿੱਦਾਂ ਮੈਂ ਤੇਰਾ ਠੋਕ ਕੇ ਨਾ ਲਿਆ ਨਾ ਇੱਦਾਂ ਠੋਕ ਕੇ ਨਾ ਲਈ ਫਿਰ ਤੇਰੇ ਚੈਨਲ ਦੇ ਵਿੱਚ ਹੀ ਤੈਨੂੰ ਜਵਾਬ ਦੇਵਾਂਗਾ ਮੈਂ ਤੇ ਨਹੀਂ ਤੇ ਆਪਣੇ ਚੈਨਲ ਤੋਂ ਲਾਈਵ ਹੋ ਕੇ ਮੇਰੇ ਨਾਲ ਗੱਲ ਕਰ ਫਿਰ ਤੂੰ ਜਿਹੜੀ ਵੀ ਗੱਲ ਪੁੱਛੇਗਾ ਨਾ ਤੈਨੂੰ ਮੈਂ ਜਵਾਬ ਦੇਵਾਂਗਾ ਤੂੰ ਕਹਿੰਦਾ ਲੋਕਾਂ ਦੀਆਂ ਧੀਆਂ ਭੈਣਾਂ ਚੁੱਕੀਆਂ ਨਿਹੰਗ ਸਿੰਘਾਂ ਨੇ ਉਹ ਮੂਰਖ ਆ ਉਹ ਮੂਰਖਾ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਵੇਖ
ਇਹ ਦੋਗਲੇ ਨਿਹੰਗ ਸਿੰਘਾਂ ਦੀ ਗੱਲ ਨਹੀਂ ਆਉਂਦੀ, ਇੱਥੇ ਗੱਲ ਆਉਂਦੀ ਹੈ ਆ ਗਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ। ਮੈਂ ਉਹਨਾਂ ਸਿੰਘਾਂ ਦੀ ਗੱਲ ਕਰਦਾ, ਮੈਂ ਤੇਰੇ ਵਰਗੇ ਕੱਚੇ ਪਿੱਲਿਆਂ ਦੀ ਗੱਲ ਨਹੀਂ ਕਰਦਾ, ਕਦੀ ਪਜਾਮੀ ਪਾ ਲਈ ਕਦੀ ਚੋਲਾ ਪਾ ਲਿਆ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮਨ ਹੈ ਪਾਈਆ, ਜਿਹੜੇ ਹੁਕਮ ਮੰਨਦੇ ਨੇ ਪੰਥ ਦਾ, ਜਿਹੜੇ ਹੁਕਮ ਮੰਨਦੇ ਨੇ ਗ੍ਰੰਥ ਦਾ। ਮੈਂ ਉਹਨਾਂ ਮਰਦਾਂ ਦੀ ਗੱਲ ਕੀਤੀ, ਮੈਂ ਤੇਰੇ ਵਰਗੇ ਕੱਚੇ ਪਿੱਲਿਆਂ ਨੂੰ ਕੁਝ ਨਹੀਂ ਜਾਣਦਾ। ਜੇ ਪਿਓ ਦਾ ਪੁੱਤ ਦਾ ਠੋਕ ਕੇ ਨਾਲ ਹੀ ਜਸਵੀਰ ਸਿੰਘ ਮਾਨ ਮੈਨੂੰ ਕਹਿੰਦੇ ਨੇ, ਇਹਦੇ ਤੋਂ ਬਾਅਦ ਤੈਨੂੰ ਜਵਾਬ ਦੇਵਾਂਗਾ। ਜਿਹੜਾ ਤੂੰ ਨਿਹੰਗ ਸਿੰਘਾਂ 'ਤੇ ਟਿੱਪਣੀਆਂ ਕਰਦਾ ਬੱਕਰੇ ਖਾਂਦੇ, ਮਾਮਾ ਜੇ ਬੱਕਰੇ ਖਾਂਦੇ ਤਾਂ ਹਿੱਕ ਡਾਹ ਕੇ ਲੜਦੇ ਵੀ ਨੇ, ਜੇ ਦੇਗਾਂ ਛੱਕਦੇ ਤੇਰੇ ਨਾਲੋਂ ਵੱਧ ਬਾਣੀ ਪੜ੍ਹਦੇ ਨੇ। ਆ ਜਦੋਂ ਦਾ ਲੋਕਡਾਊਨ ਹੋਇਆ ਤੂੰ ਦੱਸ ਕਿਹੜੀ ਪਿਓ ਵਾਲੀ ਕਥਾ ਕੀਤੀ ਹੈ? ਤੂੰ ਬਸ ਇਹੋ ਵੇਖਿਆ ਕਦੀ ਨਿਰਮਲ ਸਿੰਘ ਦਾ ਜੀਵਨ ਫੋਲਦਾ, ਕਦੀ ਕਿਸੇ ਦਾ ਫੋਲਦਾ, ਕਦੀ ਕਿਸੇ ਦਾ ਫੋਲਦਾ। ਤੈਨੂੰ ਸ਼ਰਮ ਹੋਣੀ ਚਾਹੀਦੀ ਆ, ਲਗਾਤਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਕਰਕੇ ਵਿਖਾ ਦੇ ਮਹੀਨਾ ਤੂੰ। ਮੈਂ ਆਖੂੰਗਾ ਵੀ ਤੂੰ ਮੇਰਾ ਉਸਤਾਦ ਆ, ਲਗਾਤਾਰ ਮਹੀਨਾ ਕਥਾ ਕਰਕੇ ਵਿਖਾ ਮੈਨੂੰ ਪੰਥ ਪ੍ਰਕਾਸ਼ ਦੀ। ਵੱਡਾ ਤੂੰ ਗਿਆਨੀ ਆਇਆ, ਜੋ ਤੈਨੂੰ ਨੇਕੀ ਕਹੀ ਜਾਂਦਾ ਤੂੰ ਉਹ ਭੌਂਕੀ ਜਾਂਦਾ। ਜਿਹੜੇ ਮਰਜ਼ੀ ਦਾ ਕਿੰਤੂ ਪਰੰਤੂ ਕਰ, ਮੇਰੇ ਤੋਂ ਦੂਰ ਰਵੇਂਗਾ ਤਾਂ ਚੰਗੀ ਗੱਲ, ਨਹੀਂ ਤਾਂ ਰੋਜ਼ ਦੀਆਂ 2-3 ਵੀਡੀਓ ਤੇਰੇ 'ਤੇ ਬਣਾਇਆ ਕਰੂੰਗਾ ਜੀ। ਅਤੇ ਜਿਹੜੇ ਮੇਰੇ ਵੀਰ ਨਿਹੰਗ ਸਿੰਘ ਨੇ ਉਹਨਾਂ ਨੂੰ ਵੀ ਆਖਾਂਗਾ ਵੀ ਤਿਆਰ ਬਰ ਤਿਆਰ ਰਹੋ, ਹੁਣ ਸਮਾਂ ਵਾ, ਹੁਣ ਲੋੜ ਆ ਚੜ੍ਹਦੀ ਕਲਾ ਦੇ ਨਾਲ ਇਹੋ ਜਿਹਿਆਂ ਨੂੰ ਜਵਾਬ ਦੇਣ ਦੀ ਲੋੜ ਹੈ।